ਕਿਤੇ ਭੁਲੇਖੇ ਨਾ ਅਕਾਲੀ ਦਲ ਨੂੰ ਪੰਥ ਨਾ ਮੰਨ ਲਿਓ। ਅੱਜ ਉਹ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਵਿਰੋਧ 'ਚ ਖੜੇ ਨੇ, ਪਰ ਪਿਛਲੀਆਂ ਇਲੈਕਸ਼ਨਾਂ 'ਚ ਅਸੀਂ ਤੁਹਾਨੂੰ ਦੱਸਿਆ ਕਿ 17 ਨਲਾਇਕ ਅਕਾਲੀਆਂ ਨੇ ਆਪਣੇ ਨਲਾਇਕ ਬੱਚਿਆਂ ਨੂੰ ਬਿਨਾਂ ਪੈਸਿਆਂ ਤੋਂ ਪੜ੍ਹਾਇਆ ਤੇ ਕਮੇਟੀ ਦਾ ਹੱਕ ਮਾਰਿਆ। ਹੁਣ ਇਸ ਪ੍ਰਬੰਧਕ ਕਮੇਟੀ ਕੋਲੋਂ ਜਾ ਕੇ ਪੁੱਛ ਲਓ, ਤੁਹਾਡੇ ਕੋਲ ਕੁਛ ਬਚਿਆ ਪੁਰਾਣਾ ਗ੍ਰੰਥ? ਸ੍ਰੀ ਅਕਾਲ ਤਖਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ, ਜੋ ਸ੍ਰੀ ਅਕਾਲ ਤਖਤ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਸੁਧਾਰ ਲਿਆਉਣ ਦੀ ਗੱਲ ਕਰ ਰਹੇ ਨੇ। ਸਿਧਾਂਤਕ ਲੀਹਾ ਲਿਆਉਣ ਖਾਤਰ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਨੇ। ਕਈ ਟਕਸਾਲੀ ਅਕਾਲੀ ਜੋ ਅਕਾਲੀ ਦਲ ਤੋਂ ਬਾਕੀ ਹੋ ਚੁੱਕੇ ਨੇ, ਉਹ ਵੀ ਭਾਈ ਰਣਜੀਤ ਸਿੰਘ ਦਾ ਸਾਥ ਦੇ ਰਹੇ ਨੇ। ਸੰਗਤ ਨੂੰ ਸੰਬੋਧਨ ਕਰਦਿਆਂ ਜਥੇਦਾਰ ਨੇ ਸਿੱਧਾ ਬਾਦਲ ਪਰਿਵਾਰ ਤੇ ਨਿਸ਼ਾਨਾ ਸਾਧਿਆ ਤੇ ਨਾਲ ਹੀ SGPC ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਨਸੀਹਤ ਦਿੱਤੀ ਕਿ ਉਹ ਬਾਦਲ ਪਰਿਵਾਰ ਦਾ ਸਾਥ ਨਾ ਦੇਣ। ਆਓ ਸੁਣਦਿਆਂ ਭਾਈ ਰਣਜੀਤ ਸਿੰਘ ਦਾ ਪੂਰਾ ਸੰਬੋਧਨ। ਕਿਤੇ ਭੁਲੇਖੇ ਨਾ ਅਕਾਲੀ ਦਲ ਨੂੰ ਪੰਥ ਨਾ ਮੰਨ ਲਿਓ। ਅੱਜ ਉਹ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਵਿਰੋਧ 'ਚ ਖੜੇ ਨੇ। ਤੁਸੀਂ ਕਿਤੇ ਭੁਲੇਖੇ ਨਾਲ ਪ੍ਰਬੰਧਕ ਕਮੇਟੀ ਨੂੰ ਪੰਥ ਨਾ ਮੰਨ ਲਿਓ। ਸਿਰਫ 100 ਸਾਲ ਪਹਿਲਾਂ ਬਣੇ, ਅਜੇ 5 ਸਾਲ ਹੋਰ ਰਹਿੰਦੇ ਨੇ। ਅਕਾਲੀ ਦਲ ਵੀ 100 ਸਾਲ ਪਹਿਲਾਂ ਬਣਿਆ, ਲੇਕਿਨ ਪੰਥ ਬਣਿਆ 1699 'ਚ, ਬਣਾਇਆ ਦਸਮ ਪਾਤਸ਼ਾਹ ਨੇ, ਬਣਾਇਆ ਅਕਾਲ ਪੁਰਖ ਸੱਚੇ ਵਾਹਿਗੁਰੂ ਦੇ ਹੁਕਮ ਨਾਲ। ਭਾਈ ਜੈਤਾ ਜੀ ਗਵਾਹੀ ਲਿਖਦੇ ਨੇ ਆਪਣੇ, ਭਾਈ ਜੈਤਾ ਜੀ ਜੀਵਨ ਸਿੰਘ ਜਿਹੜੇ ਬਣੇ ਅੰਮ੍ਰਿਤਧਾਰੀ ਹੋ ਕੇ, ਇਹ 9ਵੇਂ ਪਾਤਸ਼ਾਹ ਜੀ ਦੇ ਅਨੰਦ ਸੇਵਕ ਸਨ, ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਚਾਂਦਨੀ ਚੌਂਕ ਚੋਂ ਲਿਆਂਦਾ ਅਨੰਦਪੁਰ ਸਾਹਿਬ, ਫਿਰ ਵਰ ਲਿਆ ਰੰਗਰੇਟੇ ਗੁਰੂ ਕੇ ਬੇਟੇ। ਅੱਜ ਤੇ ਬਾਦਲ ਆਪੇ ਫਖਰੇ ਕੌਮ ਦੇ ਖਿਤਾਬ ਲਈ ਫਿਰਦਾ, ਉਦੋਂ ਗੁਰੂ ਜੀ ਦੀ ਤੇ ਬਖਸ਼ਿਸ਼ ਹੁੰਦੀ ਸੀ, ਵਰ ਹੁੰਦਾ ਸੀ। ਜਿਸ ਤਰ੍ਹਾਂ ਬਾਬਾ ਬਿਧੀ ਚੰਦ ਜੀ ਨੇ ਦਿਲ ਜਿੱਤਿਆ, ਬਾਬਾ ਬਿਧੀ ਚੰਦ ਜੀ ਨੇ ਦਿਲ ਜਿੱਤਿਆ ਗੁਰੂ ਹਰਗੋਬਿੰਦ ਪਾਤਸ਼ਾਹ ਦਾ, ਤੇ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਬਖਸ਼ਿਸ਼ ਹੋਈ। ਬਿਧੀ ਚੰਦ ਸੀਨਾ ਗੁਰੂ ਕਾ ਸੀਨਾ, ਸੇਵਾ ਨੇ ਸੇਵਾ ਕਰਕੇ ਦਿਲ ਜਿੱਤਿਆ। ਭਾਈ ਜੋਗਾ ਸਿੰਘ ਨੇ, ਜੋਗਾ ਸਿੰਘ ਨੂੰ ਪੁੱਛਿਆ ਭਾਈ ਕੀ ਨਾਂ ਤੇਰਾ, ਉਹ ਕਹਿੰਦਾ ਜੀ ਮੇਰਾ ਨਾਂ ਗੁਰੂ ਜੋਗਾ, ਤੇ ਗੁਰੂ ਸਾਹਿਬ ਨੇ ਹੁਕਮ ਕੀਤਾ ਗੁਰੂ ਤੇਰੇ ਜੋਗਾ। ਅੱਜ ਸਾਨੂੰ ਗੁਰੂ ਸਾਹਿਬ ਨੇ ਕਿਸੇ ਨੂੰ ਨਹੀਂ ਕਿਹਾ ਕਦੀ ਗੁਰੂ ਤੇਰੇ ਜੋਗਾ, ਕਿਉਂਕਿ ਅਸੀਂ ਗੁਰੂ ਜੋਗੇ ਹੋਏ ਨਹੀਂ। ਕਦੀ ਬੰਦਾ ਸਿੰਘ ਬਹਾਦਰ ਨੇ ਜਦੋਂ ਮੁਲਾਕਾਤ ਕੀਤੀ ਗੁਰੂ ਸਾਹਿਬ ਨੇ ਪੁੱਛਿਆ ਭਾਈ ਕੀ ਨਾਂ ਤੇਰਾ, ਕਹਿੰਦਾ ਜੀ ਮੈਂ ਗੁਰੂ ਦਾ ਬੰਦਾ, ਤੇ ਗੁਰੂ ਸਾਹਿਬ ਨੇ ਵਰ ਦਿੱਤਾ ਤੂੰ ਹਮਰਾ ਬੰਦਾ ਭਇਓ ਲਗ ਤੁਰਕਣ ਕੋ ਜਾਏ, ਬੰਦਾ ਜਿਸ ਤਰ ਕੋ ਲੱਗੇ ਤਾਂ ਕੋ ਦੇ ਸੁਕਾਏ। ਵਰ ਦਿੱਤਾ ਤੂੰ ਕਿਤੇ ਰੁੱਖ ਨੂੰ ਹੱਥ ਲਾ ਦੇਗਾ ਤਾਂ ਸੁੱਕ ਜਾਊਗਾ। ਉਹਨੇ ਸਕਾਰ ਤੇ ਮਲੇਸ਼ ਸਾਹਿਬਜ਼ਾਦਿਆਂ ਦਾ ਕਰਾਰਾ ਵੈਰ ਲੈ ਕੇ ਤੇ ਰਾਜ ਕਾਇਮ ਕੀਤਾ, ਸਿੱਖ ਰਾਜ ਕਾਇਮ ਕੀਤਾ ਦਸਮ ਪਾਤਸ਼ਾਹ ਦੀਆਂ ਬਖਸ਼ਾਂ ਨਾਲ। ਫਿਰ ਸ਼ਹਾਦਤ ਦਿੱਤੀ ਤੇ ਲਸਾਨੀ, ਪਰ ਸਾਡੇ ਇਹੋ ਜਿਹੇ ਬਾਦਲ ਵਰਗੇ ਭੇੜੀਏ ਉਦੋਂ ਤੋਂ ਜੰਮਦੇ ਤੁਰੇ ਆ ਰਹੇ ਨੇ ਤੇ ਕਾਬਜ਼ ਹੁੰਦੇ ਆ ਰਹੇ ਨੇ ਅਕਾਲ ਤਖ਼ਤ ਤੇ। 100 ਸਾਲ ਪ੍ਰਬੰਧਕ ਕਮੇਟੀ ਖਾਣ ਵਾਲਿਆਂ ਨੂੰ ਜੇ ਮੈਂ ਪੁੱਛ ਲਵਾਂ ਕਿ 100 ਸਾਲ 'ਚ ਇੱਕ ਨਾਮ ਦਿਓ ਜਿਸ ਬੱਚੇ ਨੂੰ ਤੁਸੀਂ DC ਬਣਾਇਆ ਹੋਵੇ, ਤੁਸੀਂ SSP ਬਣਾਇਆ ਹੋਵੇ, ਤੁਸੀਂ ਡਾਕਟਰ ਬਣਾਇਆ ਹੋਵੇ, ਤੁਸੀਂ ਇੰਜੀਨੀਅਰ ਬਣਾਇਆ ਹੋਵੇ, ਕਿਸੇ ਨੂੰ ਪ੍ਰੋਫੈਸਰ ਬਣਾਇਆ ਹੋਵੇ? ਕੋਈ ਜਵਾਬ ਨਹੀਂ। ਸਾਡੇ ਬੱਚਿਆਂ ਦਾ ਹੱਕ ਮਾਰ ਕੇ ਆਪਣੇ ਬੱਚੇ ਪਾਲੇ, ਇਹ ਸਮੇਂ ਸਮੇਂ ਤੁਸੀਂ ਅਖਬਾਰਾਂ 'ਚ ਪੜ੍ਹਦੇ ਆ ਰਹੇ ਹੋ। ਇੱਕ NRI ਕੋਟਾ ਹੁੰਦਾ ਮੈਡੀਕਲ ਕਾਲਜ ਦੇ ਵਿੱਚ, ਡੈਂਟਲ ਕਾਲਜ ਦੇ ਵਿੱਚ ਜਿਹੜੇ ਬੱਚਿਆਂ ਦੇ ਨੰਬਰ ਘੱਟ ਹੁੰਦੇ ਨੇ, ਉਹ 17-18 ਲੱਖ ਜਾਂ 32 ਲੱਖ ਰੁਪਇਆ ਦੇਣ ਬਾਹਰ ਦੀ ਕਰੰਸੀ, ਤੇ ਉਹਨਾਂ ਨੂੰ ਉੱਥੇ ਦਾਖਲਾ ਮਿਲ ਸਕਦਾ। ਉਹ ਇਸ ਕਰਕੇ ਪਾਸ ਕੀਤਾ ਸੁਪਰੀਮ ਕੋਰਟ ਨੇ ਕਿ ਕਾਲਜ ਦੇ ਉਹ ਪੈਸਾ ਕੰਮ ਆਉਂਦਾ, ਪਰ ਪਿਛਲੀਆਂ ਇਲੈਕਸ਼ਨਾਂ 'ਚ ਅਸੀਂ ਤੁਹਾਨੂੰ ਦੱਸਿਆ ਕਿ 17 ਨਲਾਇਕ ਅਕਾਲੀਆਂ ਨੇ ਆਪਣੇ ਨਲਾਇਕ ਬੱਚਿਆਂ ਨੂੰ ਬਿਨਾਂ ਪੈਸਿਆਂ ਤੋਂ ਪੜ੍ਹਾਇਆ ਤੇ ਕਮੇਟੀ ਦਾ ਹੱਕ ਮਾਰਿਆ। ਕਿਸੇ ਨੇ 17 ਪੈਸੇ ਨਹੀਂ ਦਿੱਤੇ, 17 ਲੱਖ ਤੇ ਕੀ ਦੇਣਾ ਸੀ? ਤਾਂ ਅਸੀਂ ਮਹਿਸੂਸ ਕਰਦੇ ਹਾਂ ਕਿ ਗੁਰੂ ਘਰ ਦੀਆਂ ਜਾਇਦਾਦਾਂ ਖੁਰਦੀਆਂ ਪਈਆਂ ਨੇ, ਵਿਕਦੀਆਂ ਪਈਆਂ ਨੇ, ਲੀਜ਼ ਤੇ ਜਾ ਰਹੀਆਂ ਨੇ।
गुरु की गोल कलैक्शन ते लग रही एक परिवार की खातर गुरु घर के सिद्धांत खत्म हो रहे ने। गुरु घर का सरमाया सी पुरातन ग्रंथ लभदे नहीं पे। असी सुनते हैं ना कि साड़ी हिस्टरी नवी लिखी जा रही है, लिखण वाले RSS होवे या कोई होर जमात, पर जदों लिखूगी तो पहली साड़ी हिस्टरी खत्म करूं ताहीं ते लिखू। हुण इस प्रबंधक कमेटी कोलों जाके पुछ लो तुहाडे कोल कुछ बचिया पुराना ग्रंथ, रहतनामे दे सकते हो पुराने, हुक्मनामे दे सकते हो दसम पातशाह दे हाथ लिखत बाबा बंदा सिंह बहादुर दे, माता सुंदरी जी, माता साहब कौर जी, गुरु हरगोबिंद पातशाह, गुरु हर राय साहब जी दे हाथ लिखत हुक्मनामे सानू कित्थे गए? एक कमेटी कोई जवाब नहीं दे रही। पुरातन ग्रंथ गुरु ग्रंथ साहब हाथ लिखत जिन्हां ते गुरु दसम पातशाह दे साइन, जिन्हां ते हर राय साहब जी दे साइन, जिन्हां ते गुरु तेग बहादुर साहब दे साइन, अज एक ग्रंथ नहीं लभदा पिया, कित्थे गए? जे किते गए ते रिपोर्ट क्यों नहीं कराउंदे? मैं 3-4 प्रेस कॉन्फ्रेंसां करके कह चुका है गोबिंद लौंगोवाल नूं कि तेरे स्वामी दी ते गुरु घर दा नमक खा के अन्न खा के मत मारी गई, तू ते रिपोर्ट कर, तू ते पुलिस नूं दस के साडा खजाना नहीं मिलदा। पर नहीं, चुप्पी धारी होई, असीं कमेटी बनाती है जी। जदों किसे नूं ठंडे बस्ते च पाउणा होवे, घटे कौडियां रलाउणा होवे किसे विषय नूं, कहिंदे कमेटी बनाती। साध संगत जी, कदी कोई तुसी प्रधान देखिया? प्रबंधक कमेटी दा 100 साल च जिन्हें इतिहासक गुरुद्वारे की जमीन सरकार नूं वेची होवे? इस प्रबंधक कमेटी के प्रधान अवतार सिंह हित ने, अवतार सिंह मक्कड़ ने अंब साहब गुरुद्वारे की जमीन, अंब साहब गुरु हर राय साहब जी की याद में सुशोभित गुरुद्वारा, उसकी जमीन वेची प्रकाश सिंह बादल नूं। बादल ने पुड्डा दे थ्रू लैके उन्हूं वेचिया एक लैंडलॉर्ड नूं जिन्हें माल बनाया। हुण बड़ा वड्डा माल उत्थे बनिया पिया जे, उहदे विच कंजरियां दे डांस भी होने, उस च शराब भी चलनी, उस च मास भी वरतीना, उस च सारे फिल्मां भी चलनियां, उस च सारे कुकर्म होने ने। तुसी ये देख लो कि यह सारा कुछ साड़ी प्रबंधक कमेटी कर रही है। प्रबंधक कमेटी ने जेड़े जेड़े ढंग नाल भी पैसा खाधा ते अरबां च खाधा ते सानू अज कुछ मिल नहीं रहा। असी देख रहे हैं कि साडा जेड़ा गरीब बच्चा वह रुलदा जा रहा। जेड़े गरीब बच्चे ने वो जेड़े नकली गुरु ने उन्होंने डेरिया रौनकां वधाउण डए ने उन्होंने डेरिया दियां, तो असी इन्हां नूं किवें संभालांगे? कि सिख धर्म नूं जे तुसी उजागर करना ते तुहानूं गुरु स्वरूप गुरु खालसा दे रूप विच असी मन के तुहाडी शरण च आए हां, तुसी साडी लाज रखो। ये लाज रखण दा समां ही है। तो खालसा जी, असी ते सारी जिंदगी तुहाडे सामने नंगी चिट्टी रख दित्ती, 40 साल तो तुहाडे पहरेदार बन के गुरु घर की सेवा च लगे हुए हां। इस गुरु घर वाल कोई कैरी अख ना देखदा ते असी जिहड़े गुरु घर दे कुकर दी तरह भौंक भौंक के तुहानूं पुकार पुकार के जाग जगाउंदे पए कि इन्हां तों बच जाओ। मैं 20 साल पहला लिख के अपील जारी की काल तख्त तों कि जिहड़ा प्रकाश सिंह बादल है सिक्खी दे रुख ते अमर वेल है, जे इस नूं तुसी ना कट्टिया ते अमर वेल सिक्खी दे रुख नूं चूस जाऊगी। पर तुसी अजे तक नहीं सुनिया। सानू ये मौका बख्शो, असी दसम पातशाह दी इस विरासत नूं बचाईए। जेड़े दसम पातशाह ने जेड़े पंजां प्यारियां नूं गुरु खालसा कहा, उन्हां नूं सच्ची पातशाही दा प्रतीक मान के काल तख्त ते सुशोभित करदे असी, पर अज उह नौकर बन गए, उह भी निगोरे बादल दे। तो खालसा जी, ये चट गया, सानू ये चट गया प्रकाश सिंह बादल दा परिवार, ये निगोरा परिवार गुरबाणी तो कोहां दूर। दसम पातशाह जिन्हों पातशाही बख्शते ने पांच प्यारियां नूं, उन्हां नूं ये
ਆਪਣੀਆਂ ਜੁੱਤੀਆਂ ਚਕਾਉਂਦਾ, ਉਹਨਾਂ ਨੂੰ ਇਹ ਨੌਕਰ ਬਣਾ ਕੇ ਕੰਮ ਲੈਂਦਾ। ਬਾਬਾ ਬੁੱਢਾ 58-98 ਸਾਲ ਦਾ ਭਰਤੀ ਕਰਦੇ ਨੇ, ਸਥਾਪਿਤ ਕਰਦੇ ਨੇ ਗੁਰੂ ਅਰਜਨ ਦੇਵ ਜੀ, ਇਹ 58 ਸਾਲ ਦਾ ਗ੍ਰੰਥੀ ਰਿਟਾਇਰ ਕਰਦਾ ਤੇ ਨੌਕਰੀ ਕਿਹੋ ਜੀ? ਡੇਲੀ ਵੇਜਸ। ਨੌਕਰੀ ਵੀ ਉਹ ਨਹੀਂ ਜਿਹੜੀ ਘੱਟੋ ਘੱਟ 27-28 ਸਾਲ ਹੋ ਜਾਵੇ। ਜਿਹੜੇ ਜਥੇਦਾਰ ਬਣਾਉਂਦਾ ਡੇਲੀ ਵੇਜਸ, ਬਿੱਲ ਮੁਕਤਾ ਲਿਖਿਆ ਹੁੰਦਾ ਉੱਤੇ। ਅੱਜ ਦਿਹਾੜੀ ਦਿੱਤੀ, ਕੱਲ ਨੂੰ ਕੰਮ ਨਹੀਂ ਤੇ ਘਰ ਨੂੰ ਜਾਓ। ਇਹਨੇ ਦੁਰਗਤੀ ਕੀਤੀ ਸਾਡੇ ਸਿਧਾਂਤ ਦੀ, ਮੀਰੀ ਪੀਰੀ ਦੇ ਤਖ਼ਤ ਦੀ ਕੀਤੀ, ਬਾਰ ਬਾਰ ਕੀਤੀ ਤੇ ਨਾਲ ਪੰਥ ਦੇ ਗ੍ਰੰਥ ਦੇ ਸਿਧਾਂਤ ਦੀ ਕੀਤੀ। ਜੇ ਇਹ ਦੋਵੇਂ ਸਿਧਾਂਤ ਨਾ ਰਹੇ ਤੇ ਸਾਡੀ ਕੌਮ ਦੀ ਸਰਪ੍ਰਸਤੀ ਕਿੱਥੇ ਆ? ਸਰਪ੍ਰਸਤੀ ਇਹਦੇ ਮੁੰਡੇ ਤੋਂ ਲਵਾਂਗੇ ਜਾਂ ਇਹਦੇ ਪੋਤਰੇ ਤੋਂ ਲਵਾਂਗੇ ਜਾਂ ਇਹਦੀ ਨੂੰਹ ਤੋਂ ਲਵਾਂਗੇ? ਇਸ ਬੰਦੇ ਨੇ ਵੱਡੇ ਵੱਡੇ ਜਰਨੈਲ ਮਾਰਤੇ ਆਪਣੇ ਜਵਾਈ ਨੂੰ ਅੰਦਰ ਲਿਆਉਣ ਲਈ। ਲਾਲਪੁਰਾ ਖਤਮ ਕਰਤਾ, ਉਬੋ ਕੇ ਖਤਮ ਕਰਤਾ, ਮੋਹਨ ਸਿੰਘ ਤੁੜ ਦਾ ਪਰਿਵਾਰ ਖਤਮ ਕਰਤਾ, ਸਿਰਫ ਜਵਾਈ ਨੂੰ ਪੰਥ ਚ ਐਂਟਰੀ ਦਵਾਉਣ ਲਈ, ਕਾਂਗਰਸੀ ਨੂੰ, ਕਿਉਂਕਿ ਉਹ ਜਵਾਈ ਆ। ਪੁੱਤਰ ਦੇ ਸਾਲੇ ਨੂੰ ਜਿਹੜਾ ਪਰਿਵਾਰ ਖਾਨਦਾਨੀ ਟਾਊਟ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖਾ ਜਾਣ ਵਾਲਾ, ਫਿਰ ਕਾਂਗਰਸ ਨੂੰ ਖਾਣ ਵਾਲਾ, ਉਹ ਟਾਊਟ ਪਰਿਵਾਰ ਨੂੰ ਐਂਟਰੀ ਦੇਣ ਲਈ ਰਾਜ ਮਹਿੰਦਰ ਸਿੰਘ ਮਜੀਠੀਆ, ਪ੍ਰਕਾਸ਼ ਸਿੰਘ ਮਜੀਠੀਆ ਦੀ ਬਲੀ ਦਿੱਤੀ। ਫਿਰ ਉਸ ਤੋਂ ਬਾਅਦ ਪੁੱਤ ਨੂੰ ਬਣਾਉਣ ਲਈ ਪ੍ਰਧਾਨ ਦੁਆਬੇ ਦਾ ਇੱਕ ਵਧੀਆ ਲੀਡਰ, ਜਿਹੜਾ ਜਿਹਦੇ ਮੁਕਾਬਲੇ ਤੇ ਅੱਜ ਤੱਕ ਸੱਚਾ ਸੁੱਚਾ ਲੀਡਰ ਅਸੀਂ ਦੇਖਿਆ ਨਹੀਂ, ਕੁਲਦੀਪ ਸਿੰਘ ਵਡਾਲਾ। ਕੁਲਦੀਪ ਸਿੰਘ ਵਡਾਲਾ ਹੋਵੇ, ਤਲਵੰਡੀ ਹੋਵੇ, ਟੌੜਾ ਹੋਵੇ, ਬਰਨਾਲਾ ਹੋਵੇ, ਇਸ ਕਰਕੇ ਬਲੀ ਦੇਤੀ ਕਿ ਮੇਰਾ ਪੁੱਤ ਅੱਗੇ ਆਊਗਾ, ਇਹ ਨਹੀਂ ਆ ਸਕਦੇ। ਤੋ ਖਾਲਸਾ ਜੀ, ਇਸ ਬੰਦੇ ਤੋਂ ਬਚ ਜਾਓ, ਇਹ ਪੰਥਕ ਨਹੀਂ ਜੇ, ਨਾ ਪੰਥਕ ਪ੍ਰਣਾਲੀ ਦਾ ਇਹਨੂੰ ਕੋਈ ਗਿਆਨ ਜੇ। ਇਸਨੇ ਰੋਡ ਦਿੱਤਾ ਪੰਥ ਨੂੰ ਤੇ ਰੋਡ ਦਊਗਾ। ਤੋ ਮੈਂ ਤੁਹਾਡੇ ਸਾਰਿਆਂ ਦੇ ਚਰਨਾਂ ਚ ਬੇਨਤੀ ਕਰਦਾ ਕਿ ਇੱਕ ਜਦੋਂ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਡਿਕਲੇਅਰ ਹੋਏ, ਉਦੋਂ ਤੁਸੀਂ ਬਿਨਾਂ ਭੇਦਭਾਵ ਦੇ, ਭਾਵੇਂ ਤੁਸੀਂ ਆਮ ਆਦਮੀ ਪਾਰਟੀ ਚੋ, ਭਾਵੇਂ ਤੁਸੀਂ ਕਾਂਗਰਸ ਚੋ, ਭਾਵੇਂ ਤੁਸੀਂ ਅਕਾਲੀ ਹੋ, ਭਾਵੇਂ ਤੁਸੀਂ ਬਸਪਾ ਚੋ, ਭਾਵੇਂ ਤੁਸੀਂ ਕਾਮਰੇਡ ਹੋ, ਜਿਨ੍ਹਾਂ ਨੇ ਗੁਰੂ ਨਾਨਕ ਦਾ ਸਰੂਪ ਰੱਖਿਆ ਸਰੀਰ ਤੇ, ਦਸਮ ਪਾਤਸ਼ਾਹ ਦੀ ਇਹ ਮੋਹਰ ਰੱਖੀ ਆ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦਾ, ਉਹ ਆਪਣਾ ਧਰਮ ਬਚਾਉਣ ਲਈ, ਸਾਡੀ ਇਹ ਸਪਿਰਿਟੀਕਲ ਪਾਰਟੀ ਨਹੀਂ ਗੀ, ਸਾਡੀ ਰਿਲੀਜੀਅਸ ਪਾਰਟੀ ਆ। ਅਸੀਂ ਸਿਰਫ ਧਰਮ ਦੀ ਸੇਵਾ ਕਰਾਂਗੇ, ਧਰਮ ਦੀ ਸਪੋਰਟ ਸਾਨੂੰ ਕਰ ਦਿਓ, ਜਿੱਥੇ ਤੁਹਾਡਾ ਦਿਲ ਕਰਦਾ ਬਾਕੀ ਵੋਟਾਂ ਪਾਉਂਦੇ ਰਹੋ। ਪਰ ਇਹ ਧਰਮ ਦੀ ਵੋਟ ਬਣਾਉਣ ਲਈ, ਤੁਸੀਂ ਆਪਣੀ ਵੋਟ ਬਣਾਉਣ ਲਈ ਆਪ ਉਦਮ ਉਪਰਾਲੇ ਕਰਨੇ, ਖਾਸ ਕਰਕੇ ਮੇਰੀਆਂ ਬੀਬੀਆਂ ਭੈਣਾਂ ਧਿਆਨ ਦੇਣ, ਤੁਹਾਡੀਆਂ ਵੋਟਾਂ ਨਹੀਂ ਕੱਟੀਆਂ ਜਾ ਸਕਦੀਆਂ, ਸਾਡੇ ਸਿੰਘਾਂ ਦੀਆਂ ਕੱਟੀਆਂ ਜਾ ਸਕਦੀਆਂ ਬਹਾਨੇ ਲਗਾ ਕੇ, ਪਰ ਤੁਸੀਂ ਸਾਰੀਆਂ ਆਪਣੀਆਂ ਵੋਟਾਂ ਬਣਾਉਣੀਆਂ ਤੇ ਪਾਉਣੀਆਂ ਗੁਰੂ ਘਰ ਦੇ ਸੇਵਾਦਾਰਾਂ ਨੂੰ। ਇਹ ਚਨਾਲ ਚੌਕੜੀ ਨੂੰ ਕੱਢੋ, ਇਹ ਬਲਾਤਕਾਰੀਆਂ ਦਾ ਪਤਾਮਾ ਪ੍ਰਕਾਸ਼ ਸਿੰਘ ਬਾਦਲ, ਇਸ ਨੂੰ ਗੁਰੂ ਘਰ ਚੋਂ ਧੱਕਾ ਦਿਓ, ਤਾਂ ਕਿ ਅਸੀਂ ਗੁਰੂ ਪੰਥ ਦੀ, ਗੁਰੂ ਖਾਲਸਾ ਪੰਥ ਦੀ ਪ੍ਰਣਾਲੀ ਨੂੰ ਬਚਾ ਸਕੀਏ। ਸਾਧ ਸੰਗਤ ਜੀ, ਇਹ ਤੁਹਾਡਾ ਜਕਾਰਾ ਜਿਹੜਾ ਬਾਦਲ ਦੇ ਪਰਿਵਾਰ ਵਿੱਚ ਜਾਵੇ, ਉਹਦੇ ਘਰ ਤੱਕ ਆਵਾਜ਼ ਸੁਣਾਵੇ ਤੇ ਉਹਦੇ ਕੀਰਨੇ ਪੈਣੇ ਸ਼ੁਰੂ ਹੋਣ ਤੇ ਲੋਕੀ ਸੁਣਨ ਤਾਂ ਪਤਾ ਲੱਗੂ। ਪੰਜ ਜਕਾਰੇ ਛੱਡੋ ਤਗੜੇ, ਪੰਜ ਜਕਾਰੇ ਛੱਡੋ ਹੱਥ ਖੜੇ ਕਰਕੇ। ਬਹੁਤ ਬਹੁਤ ਧੰਨਵਾਦ ਸਰੂਪ ਗੁਰੂ ਸਰੂਪ ਸਾਧ ਸੰਗਤ ਜੀ ਦਾ। ਅਕਾਲ ਪੁਰਖ ਸੱਚੇ ਵਾਹਿਗੁਰੂ ਸਾਡੀ ਪਿੱਠ ਤੇ ਹੈ, ਵਿਦੇਸ਼ਾਂ ਦੀਆਂ ਸੰਗਤਾਂ ਸਾਡੇ ਪਿੱਠ ਤੇ ਨੇ, ਮਹਾਂਪੁਰਸ਼ ਸਾਡੀ ਪਿੱਠ ਤੇ ਨੇ, ਸਮੂਹ ਸੰਗਤ ਵਿੱਚ ਅਵੇਅਰਨੈਸ ਆ ਰਹੀ ਹੈ, ਕਾਫਲਾ ਵੱਡਾ ਹੋ ਰਿਹਾ। ਮੈਨੂੰ ਨਹੀਂ ਲੱਗਦਾ ਕਿ 6 ਮਹੀਨੇ ਜਾਂ ਸਾਲ ਤੋਂ ਵੱਧ ਸਾਨੂੰ ਲੱਗੇ, ਅਸੀਂ ਇਹਨਾਂ ਨਰੈਣੂ ਮਹੰਤਾਂ ਨੂੰ ਬਾਹਰ ਕੱਢਾਂਗੇ ਤੇ